ਹਾਂ, ਮੇਰੀ ਜਮਹੂਰੀਅਤ ਦਾ ਜਿਹੜਾ ਹੱਕ ਹੈ ਉਹ ਹਕੂਮਤ ਨੇ ਮਾਰਿਆ ਹੋਇਆ, ਜਿਹੜਾ ਨਹੀਂ ਮਰਨਾ ਚਾਹੀਦਾ। ਕਿਸੇ ਦੀ ਆਜ਼ਾਦੀ ਦੇ ਵਿੱਚ ਰੋਕ ਨਹੀਂ ਪੈਣੀ ਚਾਹੀਦੀ। ਔਰ ਜਿਹੜਾ ਇਹ ਸਰਕਾਰ ਨਜਾਇਜ਼ ਉੱਥੇ ਇਕੱਠ ਕਰ ਰਹੀ ਹੈ ਪ੍ਰਵਾਸੀਆਂ ਦਾ, ਇੱਥੇ ਪੰਜਾਬੀਆਂ ਦੇ ਨਾਲ ਲੜਾਉਣ ਦਾ, ਇਹ ਤਾਂ ਬਹੁਤ ਖਤਰਨਾਕ ਗੱਲ ਹੈ। ਕਿਉਂ ਕਰਕੇ ਜਿਹੜਾ ਇਹ ਗੰਦਾ ਨਾਲਾ ਹੈਗਾ ਉਹਦੇ ਵਿੱਚ ਸਾਰੀਆਂ ਫੈਕਟਰੀਆਂ ਦੀ ਗੰਦਗੀ ਜਾਂਦੀ ਹੈ। ਅਤੇ ਅੱਜ ਸਾਡੇ ਕੋਲ ਮਾਡਰਨ ਤਰੀਕਾ ਹੈ ਕਿ ਜਿਹੜਾ ਖੁਸ਼ਕ ਪਾਊਡਰ ਹੁੰਦਾ ਉਹਦੇ ਨਾਲ ਵੀ ਰੰਗ ਚੜ੍ਹ ਸਕਦਾ, ਪਰ ਜ਼ਰੂਰੀ ਇਹ ਨਹੀਂ ਹੈ ਕਿ ਉਹ ਪਾਣੀ ਜਿਹਦੇ ਨਾਲ ਕੱਪੜੇ ਜਾਂ ਕੁਛ ਰੰਗਦੇ ਹੈ ਉਸ ਨੂੰ ਗੰਦਗੀ ਦੇ ਹੁੰਦਿਆਂ ਉਸ ਨੂੰ ਦਰਿਆਵਾਂ ਦੇ ਵਿੱਚ ਅਸੀਂ ਸੁੱਟੀਏ। ਇਹ ਬਹੁਤ ਖਤਰਨਾਕ ਪੋਲਿਸੀ ਹੈ ਪੰਜਾਬ ਗਵਰਨਮੈਂਟ ਦੀ, ਅਤੇ ਜਿਹੜੇ ਇੰਡਸਟਰੀਅਲ ਵਾਲੇ ਹੈ ਉਹ ਇਸ ਮੁਜ਼ਾਹਰੇ ਦਾ ਰੋਸ ਮੁਜ਼ਾਹਰਾ ਕਰ ਰਹੇ ਹੈ ਪ੍ਰਵਾਸੀਆਂ ਨੂੰ ਸੱਦ ਕੇ, ਤਾਂ ਫਿਰ ਇੰਡਸਟਰੀ ਕਿਵੇਂ ਚੱਲੂਗੀ ਜੇ ਲੋਕਲ ਜਿਹੜੇ ਇੱਥੋਂ ਦੇ ਰਹਿਣ ਵਾਲੇ ਹੈ ਮਾਲਵੇ ਦੇ, ਮਾਝੇ ਦੇ, ਦੁਆਬੇ ਦੇ, ਉਹ ਕੈਂਸਰ ਦੇ ਮਰੀਜ਼ ਬਣ ਜਾਣਗੇ ਅਤੇ ਗੰਦਾ ਪਾਣੀ ਹੋਊਗਾ। ਜਿਹੜੇ ਜੀ ਦਰਿਆਵਾਂ ਦੇ ਵਿੱਚ ਹੈਗੇ ਹੈ, ਮੱਛੀਆਂ ਹੈਗੀਆਂ, ਹੋਰ ਜਿਹੜੇ ਜੀ ਹੈਗੇ ਹੈ ਉਹ ਮਰ ਰਹੇ ਹੈ। ਤਾਂ ਮੈਂ ਤਾਂ ਸਮਝਦਾ ਕਿ ਇਹ ਆਮ ਪਾਰਟੀ ਅਤੇ ਚੀਫ ਮਿਨਿਸਟਰ ਸਾਹਿਬ ਦੀ ਬਹੁਤ ਗਲਤ ਪੋਲਿਸੀ ਹੈ ਕਿ ਦੋ ਧਿਰਾਂ ਨੂੰ ਤੁਸੀਂ ਲੜਾ ਰਹੇ ਹੋ ਅਤੇ ਲੋਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ। ਮਾਨ ਸਾਹਿਬ, ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਰਹੇ ਹੋ? ਤੁਹਾਨੂੰ ਵੀ ਘਰ ਵਿੱਚ ਨਜ਼ਰਬੰਦ ਕੀਤਾ ਗਿਆ, ਲੱਖਾਂ ਸਧਾਰਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਸਦੀ ਗੱਡੀ ਤੱਕ ਭੰਨ ਦਿੱਤੀ ਗਈ। ਇਹ ਮੈਂ ਕਿਵੇਂ ਦੇਖ ਸਕਦਾ ਹੁਣ ਤੁਹਾਡੇ ਸਾਹਮਣੇ? ਮੈਂ ਗ੍ਰਿਫਤਾਰ ਤਾਂ ਹੋਇਆ ਹੋਇਆ, ਹਾਊਸ ਅਰੈਸਟ ਦੇ ਵਿੱਚ ਹੈਗਾ। ਮੇਰੀ ਇਹ ਜਿਹੜੀ ਆਜ਼ਾਦੀ ਹੈ ਉਸ ਦੇ ਵਿੱਚ ਰੋਕ ਪਾਈ ਹੋਈ ਹੈ, ਨਜਾਇਜ਼ ਹੈ, ਇਸ ਤਰ੍ਹਾਂ ਨਹੀਂ ਹੋਣ ਦੇਣਾ ਚਾਹੀਦਾ। ਮੈਂ ਤਾਂ ਚੰਗੇ ਕੰਮ ਲਈ ਜਾ ਰਿਹਾ ਸੀ ਕਿ ਉਹ ਜਿਹੜਾ ਇਹ ਗੰਦਾ ਨਾਲਾ ਹੈ ਉਹਦੇ ਵਿੱਚ ਇੰਡਸਟਰੀ ਆਪਣਾ ਗੰਦਾ ਪਾਣੀ ਨਾ ਸੁੱਟੇ, ਜ਼ਹਿਰੀਲਾ ਪਾਣੀ ਨਾ ਸੁੱਟੇ, ਜਿਹਦੇ ਨਾਲ ਸਾਰੇ ਦਰਿਆਵਾਂ ਦਾ ਪਾਣੀ ਖਰਾਬ ਹੋ ਰਿਹਾ ਹੈ। ਪਾਕਿਸਤਾਨ ਦੇ ਵਿੱਚ ਵੀ ਇਹ ਗੰਦਾ ਪਾਣੀ ਜਾ ਰਿਹਾ ਹੈ ਅਤੇ ਪਾਕਿਸਤਾਨ ਦੇ ਨਾਲ ਸਾਡੇ ਚੰਗਾ ਰਿਸ਼ਤਾ ਹੈਗਾ, ਅਮਨ ਹੈ, ਅਤੇ ਆਪਣੇ ਦੂਜੇ ਮੁਲਕ ਦੇ ਵਿੱਚ ਗੰਦਾ ਪਾਣੀ ਅਤੇ ਆਪਣੇ ਮੁਲਕ ਦੇ ਵਿੱਚ ਗੰਦਾ ਪਾਣੀ ਅਤੇ ਰਾਜਸਥਾਨੀਆਂ ਨੂੰ ਅਤੇ ਹਰਿਆਣਵੀਆਂ ਨੂੰ ਗੰਦਾ ਪਾਣੀ ਕਿਉਂ ਭੇਜ ਰਹੇ ਹਾਂ ਜੇ ਸਿਰਫ ਕਾਰਖਾਨੇ ਵਾਲਿਆਂ ਨੂੰ ਅਸੀਂ ਸਾਹਮਣਾ ਜਾਂ ਉਹਨਾਂ ਨੂੰ ਸੁੱਖ ਦੇਣਾ?